हेलो भाई दोस्तों, नमस्कार। मैं फोटो जर्नलिस्ट सुजान सिंह। आज मैं लेकर चलूँगा आपको अपने नए डेस्टिनेशन, नए टूर पर। जी हाँ, दिल्ली, इंडिया का दिल, चांदनी चौक। चांदनी चौक स्थित गुरुद्वारा शीशगंज साहिब। गुरुद्वारा शीशगंज साहिब के दर्शन के लिए पूरे इंडिया से, पूरे भारतवर्ष से लोग यहाँ दर्शन के लिए आते हैं। और आप देखेंगे कि यहाँ आने पर मन कितना सुकून और कितना शांत महसूस करता है, ये आप देखें। ਭਾਵੇਂ ਜਿਉਂਦਾ ਸ਼ਰੀਰ ਹੋਵੇ ਸਾਥ ਦਿੰਦੀ ਹੈ ਤੇ ਗੁਰੂ ਕੇ ਪਿਆਰ ਵਾਲਿਓ ਜੇ ਅਸੀਂ ਵੀ ਸਤਿਗੁਰ ਗੁਰਦੇਵ ਜੀ ਦਾ ਇਸਤਰੀ ਵਾਂਗੂ ਅਸੀਂ ਵੀ ਇਹ ਗੱਲ ਫਰੇਰੀ ਪੁਕਾਰ ਨਾ ਮੇਰੇ ਉੱਚੀ ਉੱਚੀ ਕਹਿਣਾ ਵੀ ਭਾਵੀ ਹੋਰ ਮੈਨੂੰ ਕੋਈ ਮੇਰਾ ਪਰਵਾਹ ਪਾਦੇ ਕਹਿ ਦਿੱਤਾ ਨਾ ਲੋਕ ਸਬਾਇਆ ਚੱਲ ਗਇਓ ਆ ਜਿਹੜਾ ਹੁਣੇ ਮਹੀਨਾ ਆਰੰਭ ਹੋਇਆ ਹੈ ਉਹਦੇ ਵਿੱਚ ਵੀ ਸਤਿਗੁਰ ਸਾਰੇ ਸਮਝਦੇ ਹਾਂ ਖਿੰਡ ਮਾਤਰ ਵਿੱਚ ਕੀ ਹੋ ਸਕਦਾ ਸਾਥ ਚੜ ਕੇ ਚੱਲਦੇ ਮੰਗਦੇ ਨੇ ਤੇ ਉਹ ਕੀਤਾ ਵੀ ਕੀ ਜਾ ਸਕਦਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਕਿ ਉਹਨਾਂ ਦਾ ਆਪਣੇ ਪੁੱਤਰ ਗੋਬਿੰਦ ਰਾਏ ਨਾਲ ਪਿਆਰ ਨਹੀਂ ਸੀ ਮਾਤਾ ਗੁਜਰ ਨਾਲ ਪਿਆਰ ਨਹੀਂ ਸੀ ਮਾਤਾ ਗੁਜਰੀ ਜੀ ਨਾਲ ਜਾਂ ਹੋਰ ਜਿਹੜੇ ਗੁਰੂ ਕੇ ਸਿੱਖ ਸਨ ਉਹਨਾਂ ਨਾਲ ਪਿਆਰ ਨਹੀਂ ਸੀ ਪਿਆਰ ਸੀ ਨਾ ਪਰ ਸਤਿਗੁਰ ਗੁਰਦੇਵ ਪਿਤਾ ਜੀ ਦੇ ਆਪਾਂ ਸ਼ਲੋਕ ਵੀ ਪੜ੍ਹਦੇ ਹਾਂ ਸੰਗ ਸਕਾ ਸਭ ਤਜ ਗਏ ਓ ਨੰਦ ਦੇਉ ਸਾਥ ਇਕਨੇ ਉਕਰ ਜਾਣ ਤਾਂ ਗੁਰੂ ਨਾਨਕ ਸਾਹਿਬ ਪਿਤਾ ਜੀ ਜੇ ਕਿਤੇ ਮੋਹ ਬਲਵਾਨ ਹੁੰਦਾ ਨਾ ਤੇ ਮੈਂ ਬੇਨਤੀ ਕਰਾਂ ਫਿਰ ਇਹ ਗੱਦੀ ਗੁਰਗੱਦੀ ਜਿਹੜੀ ਹੈ ਨਾ ਭਾਈ ਲਹਿਣਾ ਜੀ ਨੂੰ ਨਹੀਂ ਸੀ ਮਿਲਣੀ ਉੱਤੇ ਮੋਹ ਨੂੰ ਕੁਰਬਾਨ ਕੀਤਾ ਹੈ ਬਾਬਾ ਸਿੰਘ ਜੀ ਨੇ ਮੋਹ ਨੂੰ ਕੁਰਬਾਨ ਕਰਕੇ ਗੱਦੀ ਦੇ ਦਿੱਤਾ ਗੁਰੂ ਅਮਰਦਾਸ ਪਿਤਾ ਜੀ ਨੂੰ ਇਹ ਗੱਲ ਪਰ ਗੁਰੂ ਅਮਰਦਾਸ ਪਿਤਾ ਜੀ ਬਾਬਾ ਮੋਹਨ ਜੀ ਬਾਬਾ ਮੋਹਨ ਜੀ ਦੇ ਪਿਤਾ ਜੀ ਦੇ ਸੰਬੰਧ ਵਿੱਚ ਕਿਸੇ ਕਵੀ ਨੇ ਬੜੇ ਕਮਾਲ ਦਾ ਇੱਕ ਜੋ ਕਾਰ ਰੂਪ ਵਿੱਚ ਲਿਖਿਆ ਹੈ ਉਹਨਾਂ ਨੇ ਉਹ ਜਾਂਦਾ ਹੈ ਆਪਾਂ ਸਾਰੇ ਸੁਣਦੇ ਹਾਂ ਦੋ ਪੁੱਤਰ ਘਰ ਰਹਿ ਗਏ ਨੇ ਤੇ ਰਾਮ ਚੰਦਰ ਜੀ ਨੂੰ ਬਨਵਾਸ ਦੇ ਦਿੱਤਾ ਗਿਆ ਨਾ ਲਕਸ਼ਮਣ ਜੀ ਦੀ ਜਿੱਦ ਕਰਕੇ ਚਲੇ ਗਏ ਪਰ ਕਹਿੰਦੇ